ਖਬਰ ਨਾਭਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਆਂਢੀਆਂ ਗੁਆਂਢੀਆਂ ਦੇ ਵਿਚਾਲੇ ਝੜਪ ਹੋਈ ਹੈ ਅਤੇ ਝੜਪ ਇਸ ਹੱਦ ਤੱਕ ਵੱਧ ਗਈ ਕਿ ਇੱਕ ਧਿਰ ਦੇ ਵੱਲੋਂ ਦੂਸਰੇ ਧਿਰ ਦੇ ਘਰ 'ਤੇ ਜਾ ਕੇ ਹਮਲਾ ਕਰ ਦਿੱਤਾ ਜਾਂਦਾ, ਇੱਟਾਂ ਰੋੜੇ ਚਲਾਏ ਜਾਂਦੇ ਨੇ, ਤਲਵਾਰਾਂ ਦੇ ਨਾਲ ਘਰ ਦੇ ਗੇਟ 'ਤੇ ਹਮਲਾ ਕੀਤਾ ਜਾਂਦਾ ਹੈ ਅਤੇ ਇੱਥੋਂ ਤੱਕ ਕਿ ਇਸ ਹਮਲੇ ਦੇ ਵਿਚਾਲੇ ਇੱਕ ਲੜਕੀ ਜ਼ਖਮੀ ਹੋਈ ਹੈ ਜਿਸਦੇ ਕਿ 14 ਟਾਂਕੇ ਵੀ ਲੱਗੇ ਨੇ ਅਤੇ ਫਿਲਹਾਲ ਉਹ ਹਸਪਤਾਲ ਵਿੱਚ ਜੇਰੇ ਇਲਾਜ ਹੈ। ਤਾਂ ਖਬਰ ਨਾਭਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਆਂਢੀਆਂ ਗੁਆਂਢੀਆਂ ਦੇ ਵਿਚਾਲੇ 40,000 ਰੁਪਏ ਦੇ ਚੁੱਕਣ ਨੂੰ ਲੈ ਕੇ ਇਲਜ਼ਾਮਾਂ ਦੇ ਤਹਿਤ ਆਪਸ ਦੇ ਵਿੱਚ ਇੱਕ ਝੜਪ ਹੁੰਦੀ ਹੈ ਅਤੇ ਝੜਪ ਇਸ ਕਦਰ ਵੱਧਦੀ ਜਾਂਦੀ ਹੈ ਕਿ ਇੱਕ ਧਿਰ ਦੇ ਵੱਲੋਂ 15 ਤੋਂ 20 ਮੁੰਡੇ ਜਾਂਦੇ ਨੇ ਅਤੇ ਦੂਸਰੇ ਧਿਰ ਦੇ ਘਰ 'ਤੇ ਜਾ ਕੇ ਹਮਲਾ ਕਰ ਦਿੰਦੇ ਨੇ। CCTV ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਨੌਜਵਾਨ ਹੱਥਾਂ ਦੇ ਵਿੱਚ ਕਿਰਪਾਨਾਂ ਫੜੀ ਇੱਕ ਘਰ ਦੇ ਗੇਟ 'ਤੇ ਹਮਲਾ ਕਰਦੇ ਹੋਏ ਵਿਖਾਈ ਦਿੰਦੇ ਨੇ। ਇੱਥੋਂ ਤੱਕ ਕਿ ਮਹਿਲਾਵਾਂ ਦੇ ਵੱਲੋਂ ਵੀ ਜੋ ਇੱਟਾਂ ਨੇ ਉਹ ਘਰ 'ਤੇ ਗੇਟ ਦੇ ਵੱਲ ਸੁੱਟੀਆਂ ਜਾਂਦੀਆਂ ਨੇ ਅਤੇ ਦੱਸਿਆ ਜਾ ਰਿਹਾ ਕਿ ਇੱਕ ਲੜਕੀ ਜੋ ਹੈ ਉਹ ਇਸ ਵਿੱਚ ਗੰਭੀਰ ਜ਼ਖਮੀ ਵੀ ਹੋਈ ਹੈ, ਉਸਦੇ 14 ਟਾਂਕੇ ਲੱਗੇ ਨੇ ਔਰ ਉਸਨੂੰ ਕਿਰਪਾਨ ਉਸਦੀ ਬਾਂਹ 'ਤੇ ਜੋ ਹੈ ਵੱਜੀ ਸੀ ਅਤੇ CCTV ਦੇ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨੌਜਵਾਨਾਂ ਦੇ ਵੱਲੋਂ ਜੋ ਇੱਕ ਐਕਟਿਵ ਹੈ ਉਸਦਾ ਵੀ ਬੁਰੀ ਤਰ੍ਹਾਂ ਜੋ ਹੈ ਉਸਦੀ ਤੋੜਪਾਨ ਕੀਤੀ ਜਾਂਦੀ ਹੈ ਅਤੇ ਮੌਕੇ ਦੀਆਂ ਇਹ CCTV ਤਸਵੀਰਾਂ ਜੋ ਨਾਭਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ 40,000 ਰੁਪਏ ਨੂੰ ਚੁੱਕਣ ਨੂੰ ਲੈ ਕੇ ਇਲਜ਼ਾਮਬਾਜ਼ੀ ਚੱਲ ਰਹੀ ਸੀ ਆਪਸ ਦੇ ਵਿੱਚ ਅਤੇ ਉਹ ਝੜਪ ਇਸ ਹੱਦ ਤੱਕ ਵੱਧ ਗਈ ਕਿ ਇੱਕ ਧਿਰ ਦੇ ਵੱਲੋਂ ਦੂਸਰੇ ਧਿਰ ਦੇ ਘਰ 'ਤੇ ਜਾ ਕੇ ਜੋ ਹਮਲਾ ਕਰ ਦਿੱਤਾ ਜਾਂਦਾ, ਜੋ ਘਰ ਦੇ ਬਾਹਰ ਖੜੀ ਇੱਕ ਐਕਟਿਵਾ ਹੁੰਦੀ ਹੈ ਉਸਨੂੰ ਬੁਰੀ ਤਰ੍ਹਾਂ ਤੋੜਭੰਨ ਕੀਤੀ ਜਾਂਦੀ ਹੈ ਉਸਦੀ ਅਤੇ 40,000 ਰੁਪਏ ਦੇ ਚੁੱਕਣ ਨੂੰ ਲੈ ਕੇ ਇਲਜ਼ਾਮਬਾਜ਼ੀ ਚੱਲ ਰਹੀ ਸੀ ਆਪਸ ਦੇ ਵਿੱਚ ਅਤੇ ਝੜਪ ਇਸ ਕਦਰ ਵੱਧ ਗਈ ਕਿ ਇੱਕ ਧਿਰ ਦੇ ਵੱਲੋਂ 15 ਤੋਂ 20 ਜਣੇ ਜਾਂਦੇ ਨੇ ਅਤੇ ਦੂਸਰੇ ਧਿਰ ਦੇ ਘਰ 'ਤੇ ਹਮਲਾ ਕਰ ਦਿੰਦੇ ਨੇ। ਖਬਰ ਨਾਭਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਆਂਢੀਆਂ ਗੁਆਂਢੀਆਂ ਦੇ ਵਿਚਾਲੇ ਝੜਪ ਹੋਈ ਹੈ ਅਤੇ ਝੜਪ ਇਸ ਹੱਦ ਤੱਕ ਵੱਧ ਗਈ ਕਿ ਇੱਕ ਧਿਰ ਦੇ ਵੱਲੋਂ ਦੂਸਰੇ ਧਿਰ ਦੇ ਘਰ 'ਤੇ ਜਾ ਕੇ ਹਮਲਾ ਕਰ ਦਿੱਤਾ ਜਾਂਦਾ, ਇੱਟਾਂ ਰੋੜੇ ਚਲਾਏ ਜਾਂਦੇ ਨੇ, ਤਲਵਾਰਾਂ ਦੇ ਨਾਲ ਘਰ ਦੇ ਗੇਟ 'ਤੇ ਹਮਲਾ ਕੀਤਾ ਜਾਂਦਾ ਹੈ ਅਤੇ ਇੱਥੋਂ ਤੱਕ ਕਿ ਇਸ ਹਮਲੇ ਦੇ ਵਿਚਾਲੇ ਇੱਕ ਲੜਕੀ ਜ਼ਖਮੀ ਹੋਈ ਹੈ ਜਿਸਦੇ ਕਿ 14 ਟਾਂਕੇ ਵੀ ਲੱਗੇ ਨੇ ਅਤੇ ਫਿਲਹਾਲ ਉਹ ਹਸਪਤਾਲ ਵਿੱਚ ਜੇਰੇ ਇਲਾਜ ਹੈ। ਤਾਂ ਖਬਰ ਨਾਭਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਆਂਢੀਆਂ ਗੁਆਂਢੀਆਂ ਦੇ ਵਿਚਾਲੇ 40,000 ਰੁਪਏ ਦੇ ਚੁੱਕਣ ਨੂੰ ਲੈ ਕੇ ਇਲਜ਼ਾਮਾਂ ਦੇ ਤਹਿਤ ਆਪਸ ਦੇ ਵਿੱਚ ਇੱਕ ਝੜਪ ਹੁੰਦੀ ਹੈ ਅਤੇ ਝੜਪ ਇਸ ਕਦਰ ਵੱਧਦੀ ਜਾਂਦੀ ਹੈ ਕਿ ਇੱਕ ਧਿਰ ਦੇ ਵੱਲੋਂ 15 ਤੋਂ 20 ਮੁੰਡੇ ਜਾਂਦੇ ਨੇ ਅਤੇ ਦੂਸਰੇ ਧਿਰ ਦੇ ਘਰ 'ਤੇ ਜਾ ਕੇ ਹਮਲਾ ਕਰ ਦਿੰਦੇ ਨੇ। CCTV ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ
ਕੁਝ ਨੌਜਵਾਨ ਹੱਥਾਂ ਦੇ ਵਿੱਚ ਕਿਰਪਾਨਾਂ ਫੜੀ ਇੱਕ ਘਰ ਦੇ ਗੇਟ 'ਤੇ ਹਮਲਾ ਕਰਦੇ ਹੋਏ ਵਿਖਾਈ ਦਿੰਦੇ ਨੇ। ਇੱਥੋਂ ਤੱਕ ਕਿ ਮਹਿਲਾਵਾਂ ਦੇ ਵੱਲੋਂ ਵੀ ਜੋ ਇੱਟਾਂ ਨੇ ਉਹ ਘਰ 'ਤੇ ਗੇਟ ਦੇ ਵੱਲ ਸੁੱਟੀਆਂ ਜਾਂਦੀਆਂ ਨੇ ਅਤੇ ਦੱਸਿਆ ਜਾ ਰਿਹਾ ਕਿ ਇੱਕ ਲੜਕੀ ਜੋ ਹੈ ਉਹ ਇਸ ਵਿੱਚ ਗੰਭੀਰ ਜ਼ਖਮੀ ਵੀ ਹੋਈ ਹੈ। ਉਸਦੇ 14 ਟਾਂਕੇ ਲੱਗੇ ਨੇ ਔਰ ਉਸਨੂੰ ਕਿਰਪਾਨ ਉਸਦੀ ਬਾਂਹ 'ਤੇ ਜੋ ਹੈ ਵੱਜੀ ਸੀ ਅਤੇ CCTV ਦੇ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨੌਜਵਾਨਾਂ ਦੇ ਵੱਲੋਂ ਜੋ ਇੱਕ ਐਕਟਿਵ ਹੈ ਉਸਦਾ ਵੀ ਬੁਰੀ ਤਰ੍ਹਾਂ ਜੋ ਹੈ ਉਸਦੀ ਤੋੜਪਾਨ ਕੀਤੀ ਜਾਂਦੀ ਹੈ ਅਤੇ ਮੌਕੇ ਦੀਆਂ ਇਹ CCTV ਤਸਵੀਰਾਂ ਜੋ ਨਾਭਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ 40,000 ਰੁਪਏ ਨੂੰ ਚੁੱਕਣ ਨੂੰ ਲੈ ਕੇ ਇਲਜ਼ਾਮਬਾਜ਼ੀ ਚੱਲ ਰਹੀ ਸੀ ਆਪਸ ਦੇ ਵਿੱਚ ਅਤੇ ਉਹ ਝੜਪ ਇਸ ਹੱਦ ਤੱਕ ਵੱਧ ਗਈ ਕਿ ਇੱਕ ਧਿਰ ਦੇ ਵੱਲੋਂ ਦੂਸਰੇ ਧਿਰ ਦੇ ਘਰ 'ਤੇ ਜਾ ਕੇ ਜੋ ਹਮਲਾ ਕਰ ਦਿੱਤਾ ਜਾਂਦਾ ਜੋ ਘਰ ਦੇ ਬਾਹਰ ਖੜੀ ਇੱਕ ਐਕਟਿਵਾ ਹੁੰਦੀ ਹੈ ਉਸਨੂੰ ਬੁਰੀ ਤਰ੍ਹਾਂ ਤੋੜਪਾਨ ਕੀਤੀ ਜਾਂਦੀ ਹੈ ਉਸਦੀ ਅਤੇ 40,000 ਰੁਪਏ ਦੇ ਚੁੱਕਣ ਨੂੰ ਲੈ ਕੇ ਇਲਜ਼ਾਮਬਾਜ਼ੀ ਚੱਲ ਰਹੀ ਸੀ ਆਪਸ ਦੇ ਵਿੱਚ ਅਤੇ ਝੜਪ ਇਸ ਕਦਰ ਵੱਧ ਗਈ ਕਿ ਇੱਕ ਧਿਰ ਦੇ ਵੱਲੋਂ 15 ਤੋਂ 20 ਜਣੇ ਜਾਂਦੇ ਨੇ ਅਤੇ ਦੂਸਰੇ ਧਿਰ ਦੇ ਘਰ 'ਤੇ ਹਮਲਾ ਕਰ ਦਿੰਦੇ ਨੇ।